ਤਾਂ ਬੇਹੱਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਵਾਲਾਤੀ ਦੇ ਨਾਲ ਜੁੜੀ ਹੋਈ। ਪ੍ਰਾਈਵੇਟ ਪਾਰਟ ਦੇ ਵਿੱਚ ਨਸ਼ਾ ਲੁਕੋ ਕੇ ਜੇਲ੍ਹ ਅੰਦਰ ਲੈ ਕੇ ਜਾ ਰਿਹਾ ਸੀ ਹਵਾਲਾਤੀ। ਦਰਅਸਲ ਇੱਕ ਹਵਾਲਾਤੀ ਨੂੰ ਜਲੰਧਰ ਤੋਂ ਕਪੂਰਥਲਾ ਤੋਂ ਜਲੰਧਰ ਅਦਾਲਤ ਭੇਜਿਆ ਗਿਆ ਪੇਸ਼ੀ ਮੌਕੇ। ਪੇਸ਼ੀ ਦੌਰਾਨ ਜਦ ਉਸ ਨੂੰ ਲੈ ਕੇ ਜਾਇਆ ਗਿਆ ਉਸ ਵੇਲੇ ਤਾਂ ਉਸਦੇ ਕੋਲੋਂ ਕੁਝ ਬਰਾਮਦ ਨਹੀਂ ਹੋਇਆ। ਜਦ ਪੇਸ਼ੀ ਤੋਂ ਵਾਪਸ ਕਪੂਰਥਲਾ ਜੇਲ੍ਹ ਮੁੜਦਾ ਹੈ ਉਸਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਉਸਦੇ ਪ੍ਰਾਈਵੇਟ ਪਾਰਟ ਦੇ ਵਿੱਚੋਂ 36 ਗ੍ਰਾਮ ਨਸ਼ਾ ਮਿਲਿਆ ਹੈ ਜੋ ਕਿ ਇੱਕ ਪੰਨੀ ਦੇ ਵਿੱਚ ਲਿਪਟਿਆ ਹੋਇਆ ਸੀ। ਪੀਲੇ ਰੰਗ ਦੀ ਪੰਨੀ ਦੇ ਵਿੱਚ ਨਸ਼ਾ ਲਪੇਟ ਕੇ ਇਸ ਸ਼ਖਸ ਨੇ ਆਪਣੇ ਪ੍ਰਾਈਵੇਟ ਪਾਰਟ 'ਚ ਲੁਕੋਇਆ ਹੋਇਆ ਸੀ ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਦਰਅਸਲ ਪੁਲਿਸ ਦੇ ਕੋਲ ਹਾਈਬ੍ਰਿਡ ਵਾਲੇ ਕੁੱਤੇ ਹੁੰਦੇ ਨੇ ਜਿਹੜੇ ਇਹਨਾਂ ਨਸ਼ਿਆਂ ਨੂੰ ਫੜਨ ਦੇ ਲਈ ਟ੍ਰੇਨਡ ਕੀਤੇ ਹੁੰਦੇ ਨੇ। ਕੁੱਤੇ ਦੇ ਵੱਲੋਂ ਨਸ਼ਾ ਫੜਵਾਇਆ ਗਿਆ ਹੈ। ਪੁਲਿਸ ਨੇ ਕੁੱਤੇ ਦੀ ਮਦਦ ਦੇ ਨਾਲ ਹਵਾਲਾਤੀ ਤੋਂ ਨਸ਼ਾ ਬਰਾਮਦ ਕੀਤਾ ਹੈ ਤਾਂ ਚੈਕਿੰਗ ਦੌਰਾਨ 36 ਗ੍ਰਾਮ ਨਸ਼ਾ ਮਿਲਿਆ ਹੈ। ਜਿਸ ਤੋਂ ਬਾਅਦ ਮੁਲਜ਼ਮ ਪਰਮਿੰਦਰ ਅਤੇ NDPS ਦੀ ਧਾਰਾ ਲਗਾਉਂਦੇ ਹੋਏ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਤਾਂ ਕਪੂਰਥਲਾ ਜੇਲ੍ਹ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਹੈ। ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਕਪੂਰਥਲਾ ਜੇਲ੍ਹ ਜਲੰਧਰ ਅਦਾਲਤ ਵਿਖੇ ਕਪੂਰਥਲਾ ਜੇਲ੍ਹ ਤੋਂ ਮੁਲਜ਼ਮ ਪਰਮਿੰਦਰ ਨੂੰ ਲੈ ਕੇ ਗਿਆ ਗਿਆ ਸੀ ਜਿੱਥੇ ਉਸਦੀ ਪੇਸ਼ੀ ਹੋਣੀ ਸੀ। ਪੇਸ਼ੀ ਮੌਕੇ ਤਾਂ ਉਹ ਜਦ ਕਪੂਰਥਲਾ ਜੇਲ੍ਹ ਤੋਂ ਜਲੰਧਰ ਅਦਾਲਤ ਜਾਂਦਾ ਹੈ ਤਾਂ ਜਾਣ ਵੇਲੇ ਤਾਂ ਉਸਦੇ ਕੋਲ ਨਸ਼ਾ ਨਹੀਂ ਸੀ, ਪਰ ਜਦ ਵਾਪਸ ਆਇਆ ਤਾਂ ਉਸਦੇ ਕੋਲੋਂ ਨਸ਼ਾ ਬਰਾਮਦ ਹੋਇਆ ਹੈ। ਹਾਲਾਂਕਿ ਮੁਲਜ਼ਮ ਦੇ ਨਾਲ ਜਲੰਧਰ ਅਦਾਲਤ 'ਚ ਜਦ ਪੇਸ਼ੀ ਹੋਈ ਤਾਂ ਪੁਲਿਸ ਵਾਲੇ ਵੀ ਮੌਜੂਦ ਸੀ। ਹੁਣ ਇਹ ਨਹੀਂ ਪਤਾ ਕਿ ਇਹ ਨਸ਼ਾ ਕਿੱਥੋਂ ਲਿਆਇਆ, ਇਹ ਜਾਂਚ ਦਾ ਵਿਸ਼ਾ ਹੈ। NDPS ਦੀ ਧਾਰਾ ਲੱਗ ਗਈ ਹੈ, ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤਾਂ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਕਪੂਰਥਲਾ ਦਾ ਮਾਡਰਨ ਜੇਲ੍ਹ ਜਿੱਥੇ ਹਵਾਲਾਤੀ ਦੇ ਪ੍ਰਾਈਵੇਟ ਪਾਰਟ 'ਚੋਂ ਨਸ਼ਾ ਬਰਾਮਦ ਹੋਇਆ ਹੈ।